ਰੈਡੀ ਅਤੇ ਹੁਣ ਆਪਾਂ ਬੂਟ ਪਾ ਲਈਏ, ਬੂਟ ਪਾ ਕੇ ਫਿਰ ਆਪਾਂ ਚੱਲਦੇ ਹਾਂ। ਲਓ ਜੀ ਉਹ ਹੋ ਗਿਆ ਰੈਡੀ, ਅਤੇ ਲਓ ਜੀ ਰੈਡੀ ਹੋ ਗਿਆ ਆਪਾਂ, ਬੂਟ ਬੂਟ ਪਾ ਲਏ। ਅਤੇ ਦੋਸਤ ਦਾ ਫੋਨ ਆਇਆ ਸੀ, ਕਹਿੰਦਾ ਆਪਾਂ ਵੀ ਪਠਾਨਕੋਟ ਵਾਲੀ ਸਾਈਡ ਜਾਣਾ ਵਾ, ਉੱਥੇ ਵੀ ਤੁਹਾਨੂੰ ਚੀਜ਼ਾਂ ਲਿਖਾ ਕੇ ਲੈ ਕੇ ਆਉਣੀਆਂ ਨੇ। ਉਹਨੂੰ ਆਪਦਾ ਕੋਈ ਨਿੱਜੀ ਕੰਮ ਆ, ਕਹਿੰਦਾ ਉੱਥੇ ਹੋਰ ਚੀਜ਼ਾਂ ਬਹੁਤ ਦੇਖਣ ਯੋਗ ਨੇ, ਅਤੇ ਬਣੇ ਦਾ ਵੀਡੀਓ ਨਾਲ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਆਪਾਂ ਕੀ ਚੀਜ਼ਾਂ ਉੱਥੇ ਹੋਰ ਹੁੰਦੀਆਂ ਨੇ। ਠੀਕ ਹੈ ਨਾ, ਅਤੇ ਦਿਖਾਵਾਂਗੇ ਤੁਹਾਨੂੰ ਸਾਰਾ ਉੱਥੇ ਉੱਥੇ ਕੀ ਜੋਸ਼ ਦੇਖਣ ਯੋਗ ਆ, ਵੀ ਜੰਗਲ ਵਗੈਰਾ ਨੇ, ਕੁਛ ਹੋਰ ਚੀਜ਼ਾਂ ਵੀ ਬਥੇਰੀਆਂ ਨੇ ਉੱਥੇ। ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਮੌਜੂਦ ਨੇ ਜਿਹੜੀਆਂ ਆਪਾਂ ਹਾਲੇ ਤੱਕ ਦੇਖੀਆਂ ਨਹੀਂ ਹੈਗੀਆਂ, ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਉਹ ਨਾਲ ਤੁਹਾਨੂੰ ਚੀਜ਼ਾਂ ਉਹ ਦਿਖਾਉਣ ਦੀਆਂ। ਬਸ ਆਉਣ ਵਾਲੀ ਆਹੋ ਮੁੰਡੇ ਆਉਂਦੇ ਆ, ਅਤੇ ਬਾਕੀ ਉਹ ਐਂ ਆ ਵੀ ਉਹ ਉੱਥੇ ਟਰੈਕਟਰ ਟਰਾਲੀਆਂ ਟਰੂਲੀਆਂ ਬਹੁਤ ਵਿਕਦੀਆਂ, ਕੰਪਾਈਨਾਂ ਬਹੁਤ ਵਿਕਦੀਆਂ ਨੇ, ਤੁਹਾਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸਾਨ ਵੀਰਾਂ ਦੇ ਲਈ, ਉਹ ਵੀ ਸ਼ਾਇਦ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਉਹ ਬਣੇ ਰਹੋ ਵੀਰੋ, ਉਹਨਾਂ ਨੇ ਵੀਡੀਓ ਕਰਿਓ, ਪਤਾ ਹੋਏ ਸ਼ੇਅਰ ਅਤੇ ਜਦੋਂ ਨੂੰ ਕਰਿਓ ਸਬਸਕ੍ਰਾਈਬ। ਲਓ ਜੀ ਗੱਡੀ ਆ ਗਈ, ਅਤੇ ਮੁੰਡੇ ਜੀ ਆਪਾਂ ਚੱਲਦੇ ਹਾਂ ਹੁਣ, ਪਹਿਲਾਂ ਆਪਾਂ ਵਰਤ ਕੇ ਉਹ ਮੁੰਡੇ ਨਾਲ ਅੰਦਰ ਚਲੇ ਗਏ ਮੱਥਾ ਟੇਕਣ, ਅਤੇ ਮੈਂ ਮੱਥਾ ਟੇਕ ਕੇ ਬਾਹਰ ਨਿਕਲਿਆ ਪਹਿਲਾਂ। ਅਤੇ ਉਹ ਆਪਾਂ ਚੱਲਦੇ ਹਾਂ, ਪਹਿਲਾਂ ਆਪਾਂ ਚੱਲਾਂਗੇ ਇੱਧਰ ਤਰਨ ਤਾਰਨ ਵਿੱਚ ਜੀ ਹੋ ਕੇ, ਫਿਰ ਉਸ ਤੋਂ ਅੱਗੇ ਆਪਾਂ ਚੱਲਾਂਗੇ ਜੀ ਪਠਾਨਕੋਟ ਨੂੰ, ਪਠਾਨਕੋਟ ਏਰੀਆ ਦਿਖਾਵਾਂਗੇ। ਚਲੋ ਕਿੰਨੇ ਧਰਤੀ ਦੇ ਥੱਲੇ ਆ, ਓਨਾ ਹੀ ਸਾਲਾ ਬਾਹਰ ਆ ਇਹ, ਨਹੀਂ ਬਾਹਰ ਕਹਿੰਦਾ ਧਰਤੀ ਚ ਵੱਧ ਆ ਨਾ ਇਹ, ਉਹ ਕਹਾ ਹੁੰਦਾ ਨਾ ਇਹ ਪੁੱਠੇ ਰੋਡ ਵਾਲੀ ਉਹ, ਤੁਸੀਂ ਇੱਧਰ ਕੱਲ ਜਾ ਕੇ ਆਇਆ, ਇੱਧਰ ਉਹ ਫਸਲ ਫੁਸਲ ਕਿਹੜੀ ਹੁੰਦੀ ਹੈ ਜ਼ਿਆਦਾ, ਕਮਾਦ ਜ਼ਿਆਦਾ ਇੱਧਰ ਗੰਨਾ ਹੀ ਯਾਰ, ਯੂਪੀ ਚ ਵੀ ਗੰਨਾ ਹੀ ਵੱਧ ਹੁੰਦਾ। ਸਮਾਨ ਛਤਰੀਆਂ ਛੁਤਰੀਆਂ ਕਿਹੜੀਆਂ ਕੀ ਫਸਲ ਲੱਗਿਆ ਵਾ, ਵਧੀਆ ਕੰਮ ਆ ਬਾਈ, ਕਿਸੇ ਦੇ ਉੱਤੇ ਨੀ ਪੈਂਦੀ ਉੱਡ ਕੇ, ਜੱਟ ਜਗਾੜੀ ਹੁੰਦੇ ਆ। ਜਹਾਜ਼ ਲਿਆਈ
ਕੋਟ ਦੇ ਐਂਟਰ ਹੋ ਗਏ ਬਾਈ, ਐਂਟਰ ਹੋ ਗਿਆ ਪਠਾਨਕੋਟ ਚ, ਐਂਟਰ ਹੋ ਗਏ। ਥੋੜੀ ਜੀ ਗੰਨਾ ਦਿਖਾਓ, ਗੰਨਾ ਕਿੰਨਾ ਜਾ ਰਿਹਾ? ਗੰਨਾ ਦਾ ਬਾਹਲਾ ਬੀਜਿਆ ਹੋਇਆ ਜਲੰਧਰ ਏਰੀਆ, ਜਲੰਧਰ ਪੈਦਲਾ ਏਰੀਆ ਬੀਜਦਾ ਹੀ ਬਾਹਲਾ। ਗੰਨਾ ਗੰਨਾ ਗੱਲਾਂ ਗੱਲਾਂ ਵੀ ਹੋਈਆਂ ਪਈਆਂ ਨੇ, ਸੜਕ ਬਹੁਤ ਸਾਫ਼ ਆ ਯਾਰ ਆਪਣੇ ਨਾਲੋਂ। ਟ੍ਰੇਨ ਸਟਾਰਟ ਹੋ ਜਾਂਦੀ ਆ, ਦੇਖੋ ਕਿਆ ਬਾਤ ਆ, ਕਿਆ ਬਾਤ ਹੈ ਭਈਆ, ਨਜ਼ਾਰੇ ਆਈ ਜਾਂਦੇ, ਨਜ਼ਾਰੇ ਆਈ ਜਾਂਦੇ ਆ। ਹਜ਼ਾਰ ਕਿਲੋਮੀਟਰ ਤੇ ਆ ਗਿਆ ਸਾਡਾ ਡੂਬਾ ਜਾ ਗਿਆ ਜੀ, ਹਜ਼ਾਰ ਕਿਲੋਮੀਟਰ ਤੇ, ਯਾਨੀ ਕਿ ਇੱਕ ਕਿਲੋਮੀਟਰ ਤੇ ਅੱਧੇ ਤੇ ਆ ਗਿਆ। ਹਾਂ ਹਾਂ ਵੀਰੇ, ਹਾਂ ਵੀਰੇ, ਆਹ ਟ੍ਰੇਨ ਖੜੀ ਆ ਦੇ ਆ ਜਿਹੜਾ ਬਈ ਪਠਾਨਕੋਟ ਵਾਲਾ ਬਈ ਜਿਹੜਾ ਕਹਾ ਹੈਗਾ ਨਾ ਟੂਰ ਬਾਏ ਤੋਂ ਬਚਣ ਵਾਸਤੇ, ਆ ਦੇਖੋ ਰਾਹ ਪਿੱਛੇ ਮੁੜ ਲਓ, ਪੁੱਲ ਦੇ ਨਾਲ ਦੀ ਫਿਰ ਪਿੱਛੇ ਮੁੜ ਕੇ ਚੱਲਾਂਗੇ, ਜਿਹੜਾ ਪੁੱਲ ਚੜ੍ਹ ਕੇ ਆਇਆ ਨਾ ਜਿਹੜਾ ਜਲੰਧਰ ਪਠਾਨਕੋਟ ਵਾਲਾ, ਥੱਲੇ ਨੂੰ ਉਤਰ ਜਾਣਾ, ਥੱਲੇ ਉਤਰ ਕੇ ਆਪਾਂ ਫਿਰ ਨਾਲ ਦੀ ਨਾਲ ਮੁੜ ਜਾਣਾ, ਫਿਰ ਸਾਡੇ ਪਿੰਡ ਦੇ ਵਿੱਚ ਹੀ ਹੋ ਕੇ ਟੂਰ ਬਾਏ ਤੋਂ ਬਚਿਆ ਜਾਊਗਾ, ਜਿਹੜੇ ਬੰਦੇ ਫਾਸਟ ਟੈਗ ਨਹੀਂ ਲੱਗਿਆ ਹੋਇਆ। ਆਹ ਤੇ ਬਿੰਦਰਾ ਭੱਠਾ ਵੀ ਲਿਖਿਆ ਭਾਈ, ਨਿਸ਼ਾਨੀ ਰੱਖਿਓ ਪਿੰਡ ਨੂੰ ਮੁੜਨ ਵਾਸਤੇ, ਐਵੇਂ ਕਰਿਆ। ਆਹ ਕਣਕ ਤਾਂ ਆਪਣੇ ਨਾਲ ਦੀ ਯਾਰ, ਜਿਹੜੀ ਆਪਣੇ ਹੁੰਦੀ ਆ ਨਾ, ਕਣਕ ਵੀ ਲੱਗੀ ਆ, ਕਣਕ ਲੱਗੀ ਹੋਈ ਆ ਇੱਥੋਂ ਦਾ। ਆਹ ਬੂਹੇ ਬੇਲਰ ਆ ਗਿਆ ਜੀ, ਬੰਨੂਗਾ ਗੱਠਾ, ਕਾਹਦੀਆਂ ਬੰਨੂਗਾ, ਗੰਨੇ ਦੀਆਂ, ਗੰਨੇ ਦੇ ਪੱਤਰਿਆਂ ਦੀਆਂ। ਹਾਂ ਜੇ ਮਟਰ ਪਾ ਤਾਂ ਬਸ ਚੱਲੇ ਸਾਲਾ, ਇਹ ਸਾਗ ਦੀਆਂ ਗੰਨਾ ਵੀ ਗੱਠਾ ਵੀ ਬਣਾ ਦੇਵੇ, ਸਭ ਚੱਕ ਲਾਂਗੇ। ਪਿੰਡ ਲਾਂ ਕੇ ਦੁਆਰਾ ਫੇਰ ਸੜਕ ਆ ਗਈ ਦੂਜੀ। ਹੈਲੋ ਦੇਖੋ ਬਾਈ, ਗੰਨਾ ਹੀ ਗੰਨਾ, ਗੰਨਾ ਹੀ ਗੰਨਾ, ਗੰਨਾ ਹੀ ਗੰਨਾ, ਕਮਾਦ ਹੀ ਕਮਾਦ ਹੋਈ ਪਈ ਆ, ਕਮਾਲ ਕਮਾਦ, ਕਮਾਲ ਕਮਾਲ ਤੇ ਕਮਾਦ ਕਮਾਦ ਹੀ ਹੋਏ ਪਈ ਏ, ਕਿਆ ਬਾਤਾਂ ਦੇ, ਕਿਆ ਬਾਤਾਂ ਹੀ ਹੋਏ ਪਈਆਂ ਨੇ, ਗੰਨਾ ਹੀ ਗੰਨਾ ਹੋਏ, ਆਲੂ ਵੀ ਘੱਟ ਹੀ ਆ, ਗੰਨਾ ਹੀ ਬਾਹਲਾ ਜਾ ਰਿਹਾ। ਗੋਲਗੱਪ ਬਹੁਤ ਟਾਈਮ ਬਾਅਦ ਦੇਖਿਆ, ਗੋਲਗੱਪ ਦੇਖੋ, ਗੰਨਾ ਹੀ ਗੰਨਾ, ਕਸਨ ਵਾਲਾ ਰਾਹ, ਬਾਕੀ ਕਿਸੇ ਨਾਲ ਰਾਹ ਨਾਲ ਨਾਲੇ ਵਿਚਾਲੇ ਕੋਲ ਆ ਕੇ ਕੁੱਟੂ ਰਾਤ ਨੂੰ, ਨਾ ਕੋਈ ਆਵੇ ਨਾ ਕਰੇ ਭੈ ਜੀ, ਬਾਹਲੀ ਬਾਣ ਪਏ ਨੇ ਉਹ ਸਾਡੇ ਟੂਲ ਪਏ ਦੇ ਸਾਨੂੰ, ਊਂ ਘੁੰਮ ਕੇ ਬਾੜ ਬਾਹਲੀ ਪੈ ਗਈ ਨਾ, ਬਾੜ ਊਂ ਘੁੰਮ ਕੇ ਬਾਹਲੀ ਜਾਣੀ ਪੈ ਜਾਂਦੀ ਆ, ਊਂ ਟਾਹੇ ਆਪਾਂ ਕੋਲ ਹੀ ਨਿਕਲ ਹੀ ਜਾਏ ਉਹਦੇ, ਆਪਣੇ ਤਾਂ ਕੁੱਟਣ ਗਿਆ ਜਰਾ ਹੁੰਦੇ ਆ ਲੋਕ ਭੈਣ, ਨਸ਼ੇ ਕਰਕੇ ਹੋਈ ਨਾ ਵੀ ਆਪਣੇ ਦਾ ਇਹਨਾਂ ਨੇ ਲੰਘਣ ਦੇਣਾ, ਆਪਣੇ ਜੇ ਕਮਾਲ ਹੁੰਦਾ ਜਾ ਆਸੇ ਪਾਸੇ ਯਾਰ, ਜਿੱਥੇ ਮਸ਼ੀਨ ਖੜੀ ਆਪਣਾ ਹੁੰਦੀ ਹਾਲ ਦੇਖ ਲਈ, ਅਸੀਂ ਨਾ ਆਪਣੇ ਦਾ ਕਾੜੀ ਆ ਇੱਧਰ ਬੀਕਾਨੇਰ ਦੇ ਕੋਲੇ, ਹੈ ਤਾਂ ਪਿੱਛਾ ਉਹਦਾ ਬੋਰ ਦਾ ਉਹ,
ਉਹਦੇ ਉਹ ਦਾਦੇ ਦੂਦ ਦਾਦੇ ਪੜਦਾਦੇ ਕਦੇ ਉੱਧਰ ਜਾ ਕੇ ਪੱਕੇ ਰਹਿਣ ਲੱਗ ਗਏ। ਅਤੇ ਜਦੋਂ ਅਸੀਂ ਪਹਿਲੀ ਪਹਿਲੀ ਵਾਰ ਗਏ ਨਾ, ਜਦੋਂ 2010 'ਚ ਵਿੱਚ 11 'ਚ ਗਿਆ ਸੀ ਪਹਿਲੀ ਵਾਰ ਮੈਂ, ਜਦੋਂ ਪਹਿਲੀ ਵਾਰ ਗਏ ਅਤੇ ਉਹਦਾ ਘਰ ਸੀਗਾ ਉਹਦਾ ਨੋਰਮਲ, ਉਹਦਾ ਗੇਟ ਗੂਟ ਜਿਵੇਂ ਪੁਰਾਣੇ ਦਰਵਾਜ਼ੇ ਨਹੀਂ ਹੁੰਦੇ ਲੱਕੜ ਦੇ ਅਤੇ ਮੂਹਰੇ ਦਰਾਨ ਬਣਿਆ, ਉਵੇਂ ਸੀ ਉਹਦਾ ਸਿਸਟਮ। ਅਤੇ ਜਦੋਂ ਅਸੀਂ ਗਏ ਜਦੋਂ ਪਹਿਲੀ ਵਾਰ ਨਾਲ ਦੇ ਮੁੰਡਿਆਂ ਤੋਂ ਚਾਅ ਚੜ੍ਹ ਗਿਆ ਘਰਾਂ ਪੁਰਾਣਿਆਂ ਨੂੰ ਵੀ ਬੰਦੇ ਦੇਖਣ ਆਇਆ ਵੀ ਬੰਦੇ ਮਿਲਣ ਆਇਆ ਜੋ ਆ, ਅਸੀਂ ਕਿਹਾ ਵੀ ਠੀਕ ਆ ਜੋ ਵਧੀਆ ਵਾ ਨੇਚਰ ਜਾਣ ਕੇ ਪੂਰਾ ਵਧੀਆ ਲੱਗਿਆ ਉਹਨਾਂ ਦਾ। ਅਤੇ ਉਸ ਤੋਂ ਬਾਅਦ 'ਚ 12:30 ਇੱਕ ਵੱਜ ਗਿਆ, ਉਹਨੂੰ ਕਹਿੰਦਾ ਜੇ ਗੇਟ ਲਾਉਣਾ ਕੁੰਡਾ ਲਾਉਣਾ ਤਾਂ ਅੰਦਰੋਂ ਲਾਣਾ। ਉਹ ਮੁੰਡਾ ਕਹਿੰਦਾ ਜਿਹਦੇ ਘਰੇ ਗਿਆ ਸੀ ਉਹ ਕਹਿੰਦਾ ਖੁੱਲ੍ਹਾ ਹੀ ਰਹਿਣ ਦੇ, ਕਹਿੰਦਾ ਸਾਡੇ ਚੋਰ ਆਉਂਦੇ ਆ। ਮੈਂ ਕਿਹਾ ਯਾਰ ਬਾਈ ਥੋੜ੍ਹੇ ਚੋਰ ਚੂਰੋ, ਮੈਨੂੰ ਸੁਣਦੇ ਮੂੰਹ ਤਾਂ ਕਹਿੰਦਾ ਬਾਈ ਤੁਹਾਡੇ ਪੰਜਾਬ ਵਾਲਾ ਮਾਹੌਲ ਜਾਂ ਨਹੀਂ। ਦੇਖੋ ਬਈ ਪੰਜਾਬ ਦੇ ਵਿੱਚ ਬਾਈ ਜੰਗਲ ਆ ਬਾਈ, ਜਿਵੇਂ ਤੁਹਾਨੂੰ ਆਪਾਂ ਯੂਪੀ ਦਾ ਅੰਦਰ ਦਿਖਾਇਆ ਸੀ ਨਾ, ਆਪਣੇ ਬਾਈ ਯੂਪੀ ਵਾਲੇ ਬਲੋਕ ਵੀ ਵਿੱਚ ਪਾਏ ਹੋਏ ਆ ਬਾਈ, ਉਹ ਵੀ ਦੇਖ ਲਿਓ ਤੁਸੀਂ। ਉਹਦੇ ਵਿੱਚ ਜੰਗਲ ਜੰਗਲ ਹੀ ਜੰਗਲ ਆ, ਤੇ ਆਪਣੇ ਪੰਜਾਬ ਦੇ ਵਿੱਚ ਦੇਖੋ ਬਾਈ ਜੰਗਲ ਹੀ ਜੰਗਲ ਨੇ। ਆਹ ਦੇਖੋ ਕੀ ਬਾਤ ਆਈ ਆ ਬਾਈ, ਛੱਡ ਕੇ ਦੋਨੇ ਪਾਸੇ ਜੰਗਲ ਹੀ ਜੰਗਲ ਨੇ। ਇੱਥੇ ਵੀ ਬਾਈ ਆਪਣੇ ਉਹ ਆ ਜਾਂਦੇ ਨੇ 6 ਸੂਰ ਵਗੈਰਾ ਚੀਤੇ ਵਗੈਰਾ, ਇੱਥੇ ਆ ਜੰਗਲ 'ਚ ਵੀ ਰਹਿੰਦੇ ਆ। ਇੱਕ ਤਾਂ ਨਾਲ ਹੀ ਬੈਠਾ ਬੈਠਾ ਇੱਕ ਤਾਂ ਬਾਈ ਚਾਹ ਮਿਲੀ ਆ ਇੱਥੇ ਮਕੇਰੀਆਂ ਬਈ, ਕਿਆ ਬਾਤ ਆ ਬਾਈ, ਸਰੇ ਲਾਇਆ ਪਿਆ ਜਿਵੇਂ ਇੱਕ ਦੁੱਧ ਹੁੰਦਾ ਨਾ ਬਈ ਬਦਾਮਾਂ ਵਾਲਾ, ਤੇ ਉਵੇਂ ਬਾਈ ਚਾਹ ਇਹ ਬਦਾਮਾਂ ਵਾਲੀ ਬਾਈ, ਸਰੇ ਲਾਇਆ ਪਿਆ। ਸੁਣਾ ਕੋਈ ਗੱਲਬਾਤ, ਗੱਲ ਸੁਣਾ ਕੋਈ। ਅੱਛਾ ਇਹ ਤਾਂ ਵੀਰੇ ਮੈਨੂੰ ਪਤਾ ਨੀ ਸੀਗਾ, ਸ਼ੀਸ਼ੇ ਸਾਨੂੰ ਫਿਰ ਪੈਦਾ ਹੋਇਆ ਥੱਲੇ ਕਰਨੇ ਪੈਂਦੇ ਗੱਡੀ ਦੇ ਗਾਹ, ਤੁਹਾਨੂੰ ਪਤਾ ਬਈ ਅਸੀਂ ਗਾਹ ਸੱਜੇ ਖੱਬੇ ਕਨੈਕਟਰ ਸਾਈਡ ਦੇਖ ਲਓ ਯਾਰ, ਆਹ ਬਾਹਲੇ ਸੁਣਨੇ ਯਾਰ ਇੱਧਰ ਮਿੱਤਰਾਂ ਦੇ ਯਾਰ, ਚੋਰੀ ਚੋਰੀ ਵੈਸੇ ਚਲੋ ਪਤਾ ਨੀ ਹੋਣੀ ਨੀ ਹੋਣੀ, ਜੇ ਆਪਣੇ ਏਰੀਏ ਦੇ ਹਿਸਾਬ ਨਾਲ ਹੁੰਦੀ ਤਾਂ ਬਰੇ ਹੌਲ ਬਰੇ ਲੋਕਾਂ ਨੇ ਪਜਾਲੇ ਖੜ ਜਾਣਾ ਸੀ, ਨਸ਼ੇ ਵਾਲੇ ਨੇ ਪੜਾਣੇ ਪਟਾਕੇ ਹੁੰਦੇ ਤੇ। ਦੇਖੋ ਬਾਈ ਤਵੀਆਂ ਆਪਣੇ ਸਿਸਟਮ ਵਾਂਗੂ ਚੱਲਦੀਆਂ ਬਾਈ, ਜਿਵੇਂ ਆਪਣੇ ਵੀ ਕਈ ਵਾਰ ਹੁੰਦੀਆਂ ਲੈਫਟ ਵਾਲੀਆਂ, ਹੁਣ ਚੱਕਣ ਵਾਲੀਆਂ ਬਣਾਉਣ ਲੱਗ ਗਏ, ਉੱਦਾਂ ਇੱਧਰ ਵੀ ਬਣੀਆਂ ਹੋਈਆਂ ਨੇ ਪਠਾਨਕੋਟ ਦੇ ਵਿੱਚ ਫਿਰਦੀਆਂ ਪੰਜਾਬ ਦੇ ਹੱਦ ਦੇ ਚਮੈਨ ਬਾਰਡਰ ਦੇ ਉੱਤੇ, ਅਤੇ ਪਰ ਉਹ ਪਿੰਡਾਂ ਦਾ ਬਹੁਤ ਜ਼ਿਆਦਾ ਫਰਕ ਆ ਆਪਣੇ ਲੁਧਿਆਣੇ ਜ਼ਿਲ੍ਹੇ ਦੇ ਪਿੰਡਾਂ ਦੇ ਹਿਸਾਬ ਨਾਲ, ਫਿਰਨੀਆਂ ਵੀ ਬਹੁਤ ਛੋਟੀਆਂ ਛੋਟੀਆਂ ਨੇ, ਅਤੇ ਸੜਕਾਂ ਦੇਖੋ ਕਿੰਨੀਆਂ ਛੋਟੀਆਂ ਬਾਈ ਛੋਟੀਆਂ ਛੋਟੀਆਂ ਸੜਕਾਂ ਦਾ ਸਾਰੇ ਸੰਦ ਬਾਹਰ ਖੜੇ ਆ, ਅਤੇ ਬਾਕੀ ਐਂ ਵੀ ਚੋਰੀ ਬੇਗਾਰੀ ਤਾਂ ਇੱਥੇ ਹੀ ਨਹੀਂ ਗੀ, ਸਾਰਾ ਕੁਛ ਬਾਹਰ ਖੜਦਾ ਬਾਕੀ ਨਾਲ ਇੱਧਰ ਇੱਧਰ ਏਰੀਏ ਵਿੱਚ ਤਾਂ ਦੇਖੋ ਸਾਰੇ ਸੰਦੋ ਸਾਨੇ ਬਾਹਰ ਹੀ ਖੜੇ ਨੇ। ਇਹਦੇ ਵਿੱਚ ਬਾਈ ਨਿਕਲਦਾ ਪੱਥਰ, ਰੋਟਾਵੇਟਰ ਤਵੀਆਂ ਵਗੈਰਾ ਤਾਂ ਬਾਈ ਬਹੁਤ ਘੱਟ ਚੱਲਦੀਆਂ ਨੇ, ਤੁਹਾਨੂੰ ਦਿਖਾਈਆਂ ਵੀ ਆ ਅਤੇ ਹੈਗੀਆਂ ਵੀ ਆ, ਅਤੇ ਪਰ ਉਹ ਘੱਟ ਚੱਲਦੀਆਂ ਨੇ, ਹਲ ਵਗੈਰਾ ਜ਼ਿਆਦਾ ਯੂਜ ਕਰਦੇ ਆ, ਕਿਉਂਕਿ ਜਿਵੇਂ ਜਦੋਂ ਹਲ ਫੇਰ ਥੱਲੇ ਪੱਥਰ ਹੀ ਪੱਥਰ ਨਿਕਲਦਾ ਥੱਲੇ ਇੱਥੋਂ, ਬਾਕੀ ਤਾਂ ਦਿਖਾਉਂਦੇ ਆ ਜੋ ਕਾਹ ਨਹੀਂ ਚੱਲਦੇ ਆ। ਪਹਿਲਾਂ ਇੱਕ ਗੱਲ ਹੋਰ ਆ ਬਈ, ਸੂਆ ਬੋਲਦੇ ਆ ਜਾਂ ਕੱਸੀ ਬੋਲਦੇ ਛੋਟੀ ਨੂੰ, ਇਹ ਬਾਈ ਨਹਿਰ ਬੋਲਦੇ ਆ, ਨਹਿਰ ਕੱਢਣ ਲੱਗੇ ਹੋਏ ਆ, ਨਹਿਰ ਕੱਢਣ ਲੱਗੇ ਕੱਸੀ ਦਾ ਖਾਲ ਆਪਣਾ ਕੱਸੀ ਦਾ ਖਾਲ ਚੱਲਦਾ, ਅਤੇ ਇਹ ਨਹਿਰ ਕਹਿੰਦੇ ਆ ਇੱਧਰ, ਦੇਖੋ ਇੱਧਰ ਨਹਿਰ ਕਹਿੰਦੇ ਨੇ ਇਹ।
ਇਹ ਗੱਲ ਆ ਵੀ ਇੱਧਰ ਨਾ ਦਰਖਤ ਬਹੁਤ ਆ, ਦਰਖਤ ਬਹੁਤ ਜ਼ਿਆਦਾ ਇੱਧਰ ਸਾਈਡ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਹੋਰ ਕਿਸੇ ਵੀ ਲਾ ਲਓ ਤਕਰੀਬਨ ਕਿਸੇ ਪਾਸੇ ਵੀ ਹੈ ਨਹੀਂ। ਹਾਂ ਜਿਹੜੇ ਪੰਜਾਬ ਦੇ ਬਾਰਡਰ ਦੇ ਨਾਲ ਨਾਲ ਲੱਗਦਾ ਜਿਹੜਾ ਏਰੀਆ ਉੱਥੇ ਜ਼ਰੂਰ ਹੈਗਾ ਇੱਕ ਆ ਵੀ ਕਮਾਦ ਦੇਖੋ ਉਹ ਬਣਾਇਆ ਹੋਇਆ ਘੇਰੇ ਜੇ ਸਿਸਟਮ ਵਾਂਗੂ ਕੀਤਾ ਹੋਇਆ ਝੁੱਗੀਆਂ ਵਾਲੇ ਹੋਣਗੇ ਬੇਚਾਰੇ ਤਾਂ ਸਾਡੇ ਘਰ ਅਤੇ ਆ ਕੇ ਗੰਨੇ ਇੱਦਾਂ ਵੀ ਗੰਨਾ ਬਹੁਤ ਜ਼ਿਆਦਾ ਇੱਥੇ ਉਹ ਕੁੱਤਾ ਬੋਲਿਆ ਭੱਜਣ ਨਹੀਂ ਜਾਣਾ ਗੰਨਾ ਵਾਲਾ ਇੱਧਰਲੇ ਪਿੰਡਾਂ ਦੇ ਵਿੱਚ ਗੰਡਾ ਹੀ ਆ ਯਾਰ ਬਹੁਤੇ ਭਾਈ ਬਹੁਤ ਔਖੇ ਆ ਯਾਰ ਜਿਵੇਂ ਲੋਕ ਦੱਸਦੇ ਨਾ ਇੱਥੋਂ ਦੇ ਵੀ ਥੱਲੇ ਪੱਥਰ ਨਿਕਲਦਾ ਜਿਹੜਾ ਆਪਣੇ ਪੱਥਰ ਛੜ ਕੇ ਛੁੜਕਾਂ 'ਚ ਪੈਂਦਾ ਨਾ ਉਹ ਇਹੋ ਜਿਹਾ ਪੱਥਰ ਇੱਥੇ ਨਿਕਲਦਾ ਵਾ ਜਾਂ ਜਿਹੜੇ ਆਪਾਂ ਪੱਥਰਾਂ ਨੂੰ ਰੰਗ ਕਰ ਲੈਂਦੇ ਹਾਂ ਜਿਹੜੇ ਜਾਇਜ਼ ਪੱਥਰਾਂ ਨੂੰ ਉਹਦੇ ਪੱਥਰਾਂ ਨੂੰ ਰੰਗ ਕਰਕੇ ਆਪਾਂ ਰੱਖ ਦਿੰਦੇ ਹਾਂ ਸਜਾਵਟ ਵਾਸਤੇ ਉਹ ਇੱਥੇ ਪੱਥਰ ਆਮ ਹੀ ਭਾਈ ਬੜਾ ਹਲ ਫੇਰੋ ਪੱਥਰ ਬਾਹਰ ਆ ਜਾਂਦਾ ਐਜੀ ਧਰਤੀ ਆ ਇਹ ਆ ਕੀ ਆ ਦੇਖੋ ਗੰਨਾ ਹੀ ਗੰਨਾ ਅਤੇ ਸੜਕਾਂ ਤੁਸੀਂ ਦੇਖ ਰਹੀ ਸੜਕਾਂ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਵੀ ਸੜਕਾਂ ਪੜੀਆਂ ਛੋਟੀਆਂ ਛੋਟੀਆਂ ਨੇ ਮਸਾਂ 7 ਫੁੱਟ ਦੀ ਸੜਕ ਹੁੰਦੀ ਆ ਜਾਣੀ ਕਿ ਟਰੈਕਟਰ ਟਰਾਲੀ ਮਸਾਂ ਲੰਘਦੀ ਆ ਜਾਂ ਮੰਨ ਲਓ ਕੰਪਾਈਨ ਲਾ ਲਓ ਕੰਪਾਈਨ ਭਾਈ ਪੂਰੀ ਪੂਰੀ ਲੰਘੂ ਬਸ ਹੋ ਸਕਦਾ ਉਹਦਾ ਟਾਇਰ ਵੀ ਬਾਹਰ ਨੂੰ ਜਾਵੇ ਵੱਡਾ ਵੱਡਾ ਟਾਇਰ ਦਾ ਇਹ ਆ ਜੀ ਪਠਾਨਕੋਟ ਏਰੀਆ ਪਠਾਨਕੋਟ ਦੇ ਵਿੱਚ ਆ ਫਿਰਦੇ ਹਾਂ ਇਸ ਟਾਈਮ ਪਠਾਨਕੋਟ ਦੇ ਵਿੱਚ ਮਕੇਰੀਆਂ ਤੋਂ ਜਦੋਂ ਆਪਾਂ ਇੱਧਰ ਪਿੰਡਾਂ ਵੱਲ ਨੂੰ ਆਉਂਦੇ ਹਾਂ ਤਾਂ ਉੱਧਰ ਪਿੰਡਾਂ 'ਚ ਫਿਰਦੇ ਪਿੰਡ ਦਾ ਨਾਂ ਤਾਂ ਬਈ ਪਤਾ ਨਹੀਂ ਹੈ ਇਹ ਜਾਣ ਕੇ ਇੰਨਾ ਕੁ ਵੀ ਇਹੋ ਜਿਹੀ ਨੂੰ ਇਹਨੂੰ ਬਈ ਇਹੋ ਜਿਹੇ ਖਾਲਾਂ ਨੂੰ ਕੱਸੀ ਦੇ ਖਾਲਾਂ ਨੂੰ ਨਹਿਰ ਬੋਲਦੇ ਆ ਆਪਣੇ ਕੱਸੀ ਦਾ ਖਾਲਾ ਜਾਂ ਆਪਾਂ ਸੋਆ ਕਹਿ ਦਿੰਦੇ ਹਾਂ ਬੋਲਦੇ ਆ ਨਹਿਰਾਂ ਕੀ ਹੋਰ ਆ ਬਈ ਨੋਟ ਕਰੋ ਗੰਨਾ ਦੇਖੋ ਗੰਨਾ ਆਪਣੇ ਬਈ ਬਹੁਤ ਮੋਟਾ ਹੁੰਦਾ ਵਾ ਇਹ ਗੰਨਾ ਬਰੀਕ ਬਹੁਤ ਜ਼ਿਆਦਾ ਆ ਜੇ ਤੁਹਾਨੂੰ ਦੱਸ ਜਿਹੜਾ ਸਾਨੂੰ ਦੇਖੋ ਚੰਗੀ ਤਰ੍ਹਾਂ ਗੰਨਾ ਬਾਈ ਇਹ ਬਰੀਕ ਬਾਹਲਾ ਆਪਣੇ ਗੰਨਾ ਆਪਣੇ ਇੱਧਰਲੇ ਲੁਧਿਆਣੇ ਵਾਲਾ ਬਰਨਾਲੇ ਵਾਲਾ ਖੰਨੇ ਵਾਲਾ ਗੰਨਾ ਜਿਹੜਾ ਬਾਈ ਇਹ ਗੰਨਾ ਆਪਣੇ ਨਾਲ ਆਮ ਨਾਲੋਂ ਆਪਣਾ ਗੰਨਾ ਮੋਟਾ ਹੁੰਦਾ ਇਹਦਾ ਗੰਨਾ ਬਾਈ ਮੋਟੇ ਹੈ ਨਹੀਂ ਬਾਹਲਾ ਬਾਹਲਾ ਬਰੀਕ ਜਿਹਾ ਵਾ ਗਾਉਂਦੇ ਬਾਈ ਇੱਧਰ ਝੋਟਾ ਲੈ ਜਾਂਦੇ ਆਪਣੇ ਬੱਚਿਆਂ ਜਾਂਦੇ ਪੱਠੇ ਲੈਣ ਨਾ ਸਾਰਾ ਸਾਫ਼ ਕੁਸੂ ਕਰਨਗੇ ਸਾਫ ਕਰਕੇ ਜਿਵੇਂ ਮਰਜ਼ੀ ਹੋਇਆ ਸਾਫ ਕਰਨ ਲੱਗੇ ਹੋਇਆ ਵਾਲੇ ਬਈ ਅੱਜ ਪੱਥਰ ਆਹ ਬਈ ਆਹ ਪੱਥਰ ਆਹ ਪੱਥਰ ਇੱਥੇ ਬਈ ਆਮ ਹੀ ਫਿਰਦੇ ਆ ਇੱਥੇ ਪੱਥਰ ਆਹ ਭਾਈ ਚੋਰੀ ਚਕਾਰੀ ਬਿਲਕੁਲ ਵੀ ਹੈ ਨਹੀਂ ਇੱਥੇ ਆਹ ਸਮਾਨ ਸਮੂਨ ਜਿਹੜਾ ਖੇਤਾਂ ਵਾਲਾ ਵਾਹੁਣ ਬਹਾਈ ਵਾਲਾ ਜਾਂ ਹੋਰ ਸਮਾਨ ਸਾਰਾ ਬਾਹਰ ਪਿਆ ਹੁੰਦਾ ਜਿਵੇਂ ਹਲ ਵਗੈਰਾ ਤਵੀਆਂ ਰੋਟਾਵੇਟਰ ਬਾਹਰ ਹੀ ਖੜ੍ਹੇ ਰਹਿੰਦੇ ਨੇ ਰੇਹੜੀਆਂ ਆਹ ਮਸ਼ੀਨ ਟਰੈਕਟਰ ਦੇਖੋ ਬਾਹਰ ਹੀ ਖੜ੍ਹੇ ਨੇ ਅਤੇ ਕੋਈ ਇਹੋ ਜਿਹੇ ਵਿੱਚ ਇਹੋ ਜਿਹੇ ਥਾਂ ਬਹੁਤ ਨੇ ਜਿੱਥੇ ਬਾਈ ਸਾਰੇ ਜ਼ਮੀਨ ਥੱਲੇ ਪੱਥਰੀ ਪੱਥਰ ਥੋੜ੍ਹੇ ਹਾਲ ਥੱਲੇ ਡੂੰਘੇ ਮਾਰ ਦਈਏ ਜੀ ਆਪਾਂ ਵੱਜ ਜਾਂਦੇ ਇੱਥੋਂ ਦੇ ਮਾਰ ਜਾਂਦੇ ਤਾਂ ਥੱਲੇ ਪੱਥਰ ਨਿਕਲ ਆਉਂਦਾ ਵਾ ਜਾਣੀ ਕਿ ਵੀ ਦੇਖ ਕੇ ਰੋਟਾਵੇਟਰ ਅਤੇ ਹੋ ਗਈਆਂ ਇਹ ਤਾਂ ਫਿਰ ਦੇਖ ਕੇ ਮਾਰਨੇ ਪੈਂਦੇ ਨੇ ਰੋਟਾਵੇਟਰ ਵਗੈਰਾ ਤੁਹਾਨੂੰ ਪਤਾ ਮਹਿੰਗੀ ਚੀਜ਼ ਆ ਵੀ 2 ਲੱਖ 2.5 ਲੱਖ ਤੋਂ ਘੱਟ ਰੋਟਾਵੇਟਰ ਸੋ ਪਰ ਡਰਾਉਂਦੇ ਨਹੀਂ ਹੈਗੇ ਉਹ ਦੇਖ ਕੇ ਮਾਰਨੇ ਪੈਂਦੇ ਇੱਧਰ ਵੀ ਕਿਹੜੀ ਏਰੀਆ 'ਚ ਵੱਜਦੀ ਹੈ ਜਿਹੜੇ ਕਿਹੜੇ ਖੇਤ 'ਚ ਰੋਟਾਵੇਟਰ ਸੋ ਪਰ ਵੱਜੂ ਭੱਜੂ ਜਾਂ ਕਿਹੜੇ 'ਚ ਨਹੀਂ ਵੱਜੂਗਾ ਦੇਖ ਕੇ ਬਾਈ ਮਾਰਨਾ ਪੈਂਦਾ ਪੱਥਰ ਥੱਲੇ ਨਿਕਲ ਆਉਂਦਾ ਉਸ ਵਕਤ ਹੀ ਜੇ ਹਾਲ ਵਗੈਰਾ ਥੋੜ੍ਹੇ ਜ਼ਿਆਦਾ ਜ਼ਿਆਦਾ ਡੂੰਘੇ ਵੱਜਣ ਐਵੇਂ ਬਾਈ ਕੰਮ ਹੋ ਜਾਂਦਾ ਥੱਲੇ ਪੱਥਰ ਨਿਕਲ ਆਉਂਦਾ ਥੱਲੇ ਲੈ ਵੀ ਪੱਥਰਾਂ ਖਾਣਾ ਸ਼ੁਰੂ ਖਾਣਾ ਸ਼ੁਰੂ
ਸਟੇਜ ਆ ਚੱਲਦੀ ਫਿਰਦੀ, ਜਦੋਂ ਮਰਜ਼ੀ ਲਵਾ ਲਓ ਬਾਈ, ਚੱਲਦੀ ਫਿਰਦੀ ਸਟੇਜ ਆ ਮੁੰਡੇ ਦੀ। ਦਿਓ ਜੀ ਵਾਂਗੂ ਪੱਟਿਆ ਬੰਦਿਆਂ ਨੇ, ਅਤੇ ਮੈਨੂੰ ਉਹਦਾ ਪੱਥਰ ਨਿਕਲਿਆ ਇੱਥੋਂ। ਇਸ ਟਾਈਮ ਆਪਾਂ ਜੀ ਪਠਾਨਕੋਟ ਦੇ ਵਿੱਚ ਮੌਜੂਦ ਹਾਂ। ਦੇਖੋ ਪੱਥਰ ਨਿਕਲਦਾ ਧਰਤੀ, ਇੱਥੋਂ ਨਿਕਲਦਾ ਪੱਥਰ। ਦੌਣ ਬਾਈ ਨੂੰ ਬਹੁਤ ਔਖਾ ਹੁੰਦਾ ਇੱਥੇ, ਦੌਣ ਬਾਈ ਬਹੁਤ ਔਖੀ ਹੁੰਦੀ ਬਾਈ। ਆਹ ਦੇਖੋ ਸਾਈ ਧਰਤੀ, ਦੇਖੋ ਥੱਲੇ ਪੱਥਰੀ ਪੱਥਰ, ਥੱਲੇ ਦਾ ਪੱਥਰੀ ਪੱਥਰ ਸਾਈ ਧਰਤੀ ਪਿਆ ਥੱਲੇ। ਦੌਣ ਬਾਈ ਬਹੁਤ ਔਖੀ ਹੁੰਦੀ, ਮੈਂ ਵਾਰ ਵਾਰ ਰਿਪੀਟ ਕਰਦਾ ਇੱਥੇ। ਆ ਜਾਓ ਪੱਥਰੀ ਪੱਥਰ, ਜਾਂ ਹਾਲ ਥੋੜ੍ਹੇ ਜ਼ਿਆਦਾ ਡੂੰਘੇ ਵੱਜਣ ਬਾਈ, ਥੱਲੇ ਪੱਥਰ ਨਿਕਲੇ ਉਹਦੇ ਬਾਅਦ ਧਰਤੀ 'ਚ। ਉੱਥੇ ਆਹ ਪਿਆ ਪੱਥਰੀ ਪੱਥਰ, ਅਤੇ ਆਹ ਦੇਖ ਲਓ ਆਹ ਮੈਂ ਨਾ ਫੁੱਟ ਨਿਓ, ਪੱਟੀ ਨਹੀਂ ਹੈ ਬਸ ਫੁੱਟ ਰੱਖ ਲਓ ਚਲੋ, ਅਤੇ ਪੱਥਰੀ ਪੱਥਰ ਕੱਢ ਕੇ ਦੇਖ ਲਓ ਨਿਕਲਿਆ ਥੱਲੇ। ਆਪਾਂ ਪੱਥਰਾਂ ਉੱਤੇ ਰੰਗ ਕਰਕੇ ਰੱਖਦੇ ਹਾਂ, ਉੱਥੇ ਪੱਥਰ ਜਮਾਨਤ ਕੁਦਰਤੀ ਪੱਥਰ ਥੱਲੇ ਨਿਕਲੇ ਧਰਤੀ 'ਚ ਬਾਈ, ਕੁਦਰਤੀ ਪੱਥਰ ਆ ਸਾਰੀ ਧਰਤੀ ਦੇ ਵਿੱਚ ਇੱਥੇ, ਸਾਰੀ ਦੇ ਪਠਾਨਕੋਟ ਏਰੀਏ ਦੇ ਵਿੱਚ। ਕੀ ਕਰੂ ਬੰਦਾ ਇੱਥੇ, ਵਾਹਣ ਬਾਈ ਬਹੁਤ ਔਖੀ ਹੁੰਦੀ ਆ।